ਧੰਨਵਾਦ ਤੁਹਾਡੇ ਸਾਰਿਆਂ ਦਾ ਕਰਦਾ, ਤੁਸੀਂ ਇੰਨੀਆਂ ਜ਼ਿਆਦੀਆਂ ਮੈਨੂੰ ਮੁਬਾਰਕ ਦਿੱਤੀਆਂ, ਇੰਨੀਆਂ ਜ਼ਿਆਦਾ ਬਲੈਸਿੰਗ ਦਿੱਤੀਆਂ ਨੇ। ਕੁਝ ਕੁ ਜਿਹੜੇ ਭਰਾ ਨੇ ਔਰ ਭੈਣਾਂ ਸੀਗੀਆਂ ਉਹਨਾਂ ਦੇ ਮੈਨੂੰ ਕਮੈਂਟ ਆਏ ਨੇ, ਬੜੇ ਵਧੀਆ, ਕਹਿੰਦੇ ਵੀਰੇ ਬਹੁਤ ਜਲਦੀ 1 ਮਿਲੀਅਨ ਵੀ ਹੋ ਜਾਣਗੇ। ਅਤੇ ਧੰਨਵਾਦ ਯਾਰ, ਤੁਹਾਡੀ ਜ਼ਬਾਨ ਸੁਲੱਖਣੀ ਹੋਵੇ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰੇ ਜਾਣੇ। ਤੁਸੀਂ ਵੀ ਦਿਨ ਦੁੱਗਣੀ ਅਤੇ ਰਾਤ ਚੁਗਣੀ ਤਰੱਕੀ ਕਰੋ ਸਾਰੇ ਜਾਣੇ। ਅੱਜ ਸਾਰੀ ਧਰੀ ਇਹਦੇ ਗੇੜੇ ਹੀ ਗਿਣੇ ਕਿੰਨੇ ਲੱਗਦੇ ਆ, ਦੂਜਾ ਗੇੜਾ ਲੱਗ ਚੱਲਿਆ ਸਿਰ ਦਾ। ਹਾਂਜੀ, ਤਿਆਰ ਸ਼ਿਆਰ ਹੋ ਗਏ ਹਾਂ, ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਚੱਲੇ ਹਾਂ ਥੋੜ੍ਹਾ ਬਾਜ਼ਾਰ, ਨਾਲੇ ਸੰਦੀਪ ਜੋਗਾ ਗਿਫਟ ਲੈ ਕੇ ਆਉਣਾ ਆ, ਐਨੀਵਰਸਰੀ ਆ, ਅਤੇ ਉਹ ਇਸ ਵਲੌਗ ਵਿੱਚ ਗਿਫਟ ਆਪਾਂ ਨਹੀਂ ਦਿਖਾਉਣਾ, ਵਲੌਗ ਮੈਂ ਬਣਾ ਲੈਣਾ ਹੈ, ਅਤੇ ਜਦੋਂ ਆਪਣੀ ਐਨੀਵਰਸਰੀ ਆਊਗੀ ਉਦਣ ਆਪਾਂ ਅਪਲੋਡ ਕਰਾਂਗੇ, ਕਿਉਂਕਿ ਇੰਨੇ ਫਿਰ ਸੰਦੀਪ ਨੇ ਵਲੌਗ ਦੇਖ ਲੈਣਾ ਹੈ। ਅਤੇ ਨਾਲ ਚੱਲੇ ਮੰਮੀ ਹੋਣੀ ਤਾਂ ਹੋ ਸਕਿਆ, ਅਤੇ ਮੰਮੀ ਹੋਣ ਨਾਲ ਐਨਕਾਂ ਵੀ ਲਗਵਾ ਦਾਂ, ਕਿਉਂਕਿ ਤੁਹਾਨੂੰ ਪਤਾ ਕਦੋਂ ਦੀਆਂ ਤੋੜੀਆਂ ਹਰ ਗੁਣੇ ਐਨਕਾਂ, ਅਤੇ ਐਨਕਾਂ ਲਗਵਾ ਦਾਂ ਮੰਮੀ ਹੋਣਾਂ ਨੂੰ, ਅਤੇ ਸੋ ਆਪਾਂ ਹੁਣ ਚੱਲੇ ਹਾਂ। ਹੈਂ, ਗਿਫਟ ਤੇਰਾ ਬਾਨੇ ਦੇ ਆਏ ਹਾਂ, ਅੱਗੇ ਟੁੱਟ ਗਿਆ ਇੱਕ ਵਾਰੀ ਗਿਫਟ, ਦੋਹਰੇ ਫੇਰ ਗਿਆ, ਸਹੀ ਗੱਲ ਹੀ, ਤੁਰ ਕੇ ਗਿਆ ਕਮਲ ਜੀ, ਫੇਰ ਗਿਆ ਤੁਰ ਕੇ, ਸੁੱਤੀ ਪਈ ਤਾਂ ਫਿਰ ਵਾਹੁਣ ਦੀ ਜੁੰਡੀਆਂ ਕਰਨ ਦੀ, ਜੁੰਡੀਆਂ ਕਰਾਉਂਦੀ ਨਹੀਂ ਉੱਦਾਂ, ਰੋਂਦੀ ਆ ਇਹ ਬੜਾ। ਡੈਡੀ ਜੀ ਲੈ ਕੇ ਆਏ ਸਮੋਸੇ, ਅਤੇ ਪੂਰੀ ਫੈਮਿਲੀ ਆਪਾਂ ਖਾ ਰਹੇ ਹਾਂ, ਮੰਮੀ ਕਹਿੰਦੇ ਤਲੀ ਚੀਜ਼ ਮੈਂ ਨਹੀਂ ਖਾਣੀ, ਕਿਉਂਕਿ ਉਹਨਾਂ ਦੇ ਤੁਹਾਨੂੰ ਦੱਸਣੇ ਦਵਾਈ ਚੱਲ ਰਹੀ ਹੈ, ਇਨਫੈਕਸ਼ਨ ਜੀ ਹੋਈ ਪੇਟ ਵਿੱਚ। ਹਾਂ, ਕਿੰਨੀਆਂ ਸੋਹਣੀ ਜੁੰਡੀਆਂ, ਕਿੰਨੀਆਂ ਸੋਹਣੀ ਮੇਰੇ ਪੁੱਤ ਦੀਆਂ ਲੱਗਣ ਡੀਆਂ, ਅੱਜ ਹਰਗੁਣ ਦਾ ਸਿਰ ਵਾਗ ਓਲੇ ਬੋਦੀ ਠਾਂ ਕਰ ਲਈ ਉਹਨੇ। ਆਈ ਆਈ ਬਹੁਤ ਪਿਆਰੀ ਲੱਗਣ ਡੀ ਆ, ਜੁੰਡੀਆਂ ਕਿੰਨੀਆਂ ਪਿਆਰੀਆਂ ਨੇ ਮੇਰੇ ਰਾਜੇ ਨੇ, ਕਿੰਨੀਆਂ ਪਿਆਰੀਆਂ ਜੁੰਡੀਆਂ, ਨੀ ਨੀ ਆਈ ਸੀ ਦਾਦਾ ਕਰੀ ਦਾਦਾ ਆਈ ਬਹੁਤ ਹੀ ਪਿਆਰੀ ਲੱਗਣ ਡੀ, ਦੋ ਜੁੜੀਆਂ ਦਾਦੇ ਨਾਲ ਤਾਂ ਇਹ ਪਿਆਰ ਬੜਾ ਹੀ। ਬਾਏ ਜਾਓ, ਚਾਚਾ ਜੀ ਹੁਣਾਂ ਨੇ ਆਉਣਾ ਹੀ, ਤੇ ਉਹਨਾਂ ਦੀ ਵੇਟ ਕਰੀ ਜਾਂਦੇ, ਤੇ ਚਾਚੇ ਹੁਣ ਇਹ ਤਾਂ ਆਏ ਨਹੀਂ, ਕਹਿੰਦੇ ਵੀ ਆਉਣ ਲੱਗੇ ਆਪਾਂ, ਪਤਾ ਨਹੀਂ ਚਾਚੇ ਨੇ ਆਉਣਾ ਜਾਂ ਚਾਚੀ ਨੇ ਆਉਣਾ, ਫੋਨ ਆਇਆ ਕਹਿੰਦੇ ਆਉਂਦੇ ਹਾਂ, ਵੇਟ ਡੇ ਕਰਨ, ਅਤੇ ਉਹਨੇ ਕਿਹਾ ਹਰਗਨ ਨੂੰ ਗੇੜਾ ਲਵਾ ਲਿਆਉਣਗੇ। ਇਹ ਡਰ ਜੀ ਅੱਜ ਸਵੇਰ ਦੇ ਗੇੜੇ ਗਿਣੇ, ਕਿੰਨਵਾਂ ਗੇੜਾ ਉਹ ਚੱਲਿਆ ਵਾ, ਇੱਕ ਮੈਂ ਲਵਾਇਆ, ਦੋ ਤੁਸੀਂ ਲਵਾਤੇ ਆ, ਹੈਂ ਦੋ, ਤੇ ਇੱਕ ਮੈਂ ਲਵਾਤਾ, ਤਿੰਨ ਹੋ ਗਏ, ਤੇ ਚੌਥਾ ਹੁਣ ਟਾਈਮ ਹੋ ਗਿਆ ਜੀ, ਵੇਖ ਲਓ ਇਹ 5 ਵਜ ਚੱਲੇ ਆ।
ਅੱਜ ਮੈਂ ਤੇ ਮੰਮੀ ਸੰਦੀਪ ਵਾਸਤੇ ਗਿਫਟ ਲੈਣ ਗਏ ਸੀ, ਪਰ ਉਹ ਵਲੌਗ ਆਪਾਂ ਤਾਂ ਨਹੀਂ ਹਲੇ ਅਪਲੋਡ ਕਰਨਾ ਕਿਉਂਕਿ ਫਿਰ ਉਹ ਪਤਾ ਲੱਗ ਜਾਣਾ ਸੰਦੀਪ ਨੂੰ, ਕਹਿੰਦੇ ਮੰਮੀ ਤੇ ਉਹ ਆਪਾਂ ਵਲੌਗ ਅਪਲੋਡ ਕਰਾਂਗੇ ਸ਼ਾਇਦ 20 ਤਰੀਕ ਨੂੰ ਜਾਂ 21 ਨੂੰ, ਇਹਦੇ ਲਾਗੇ ਚਾਗੇ ਕਰ ਦਾਂਗੇ। ਪਹਿਲਾਂ ਤੇ ਤੁਸੀਂ ਹੁਣ ਇਹ ਵੀ ਗੱਲ ਕਹਿਣੀ ਆ ਵੀ ਕੀ ਕਰਾਂ, ਤੇਰਾ ਫੋਨ ਫੜ ਕੇ ਨਹੀਂ ਵਲੌਗ ਵੇਖ ਸਕਦੇ ਮੇਰੇ ਕੋਲ, ਜਿਵੇਂ ਤੁਹਾਨੂੰ ਪਤਾ ਆ ਵੀ ਮੇਰੇ ਕੋਲ ਇੱਕ 11 Pro Max ਵੀ ਫੋਨ ਹੈਗਾ ਆ, ਉਹ ਹੁਣ ਬਿਲਕੁਲ ਬੰਦ ਪਿਆ, ਮੈਂ ਉਹਨੂੰ ਚਾਲੂ ਕੀਤਾ ਤੇ ਉਹਦੇ 'ਚ ਏਅਰ ਡ੍ਰੌਪ ਕਰਕੇ ਵੀਡੀਓ ਪਾ ਲਈਆਂ ਨੇ, ਅਤੇ ਉਹਦਾ ਪਾਸਵਰਡ ਜਿਹੜਾ ਮੈਂ ਕਰ ਦਿੱਤਾ ਹੈ ਚੇਂਜ, ਜਿਹੜਾ ਸਕਰੀਨ 'ਤੇ ਪਾਸਵਰਡ ਹੁੰਦਾ ਆ ਉਹ ਕਰਤਾ ਚੇਂਜ, ਚੇਂਜ ਕਰਕੇ ਤਾਂ ਰੱਖ ਦਿੱਤਾ ਹੁਣ, ਬਸ ਇੰਨਾ ਕੰਮ ਕਰ ਦਿੱਤਾ ਹੈ। ਅਤੇ ਸਹੀ ਗੱਲ ਮੰਮੀ, ਉਹਦੇ 'ਚ ਵਲੌਗ ਪਾਤਾ ਮੈਂ, ਹਲੇ ਉਹ ਐਡਿਟ ਨਹੀਂ ਕੀਤਾ, ਐਡਿਟ ਵਗੈਰਾ ਉਦੋਂ ਕਰਾਂਗੇ ਵੀ, ਅਤੇ ਉਹਦੇ 'ਚ ਪਾ ਕੇ ਕਲਿੱਕਾਂ ਰੱਖ ਦਿੱਤੀਆਂ ਬਸ ਹੁਣ। ਤੇ ਮੈਨੂੰ ਕਹਿਣ ਦੀ ਬੜੀ ਚਾਦੀ, ਕਹਿੰਦੇ ਮੈਨੂੰ ਦੱਸ ਦੱਸ ਕੀ ਲਿਆਂਦਾ, ਕੋਈ ਸਰਪ੍ਰਾਈਜ਼ ਹੁੰਦਾ ਆ, ਫਿਰ ਉਹ ਕਹੇ ਕਾਹਦਾ ਸਰਪ੍ਰਾਈਜ਼ ਰਹਿ ਗਿਆ, ਪਹਿਲਾਂ ਦੱਸ ਕਹਿੰਦੇ ਦੱਸ ਦੋ ਕੀ ਲਿਆਂਦਾ, ਮੈਂ ਕਿਹਾ ਮੈਂ ਮੈਨੂੰ ਨਹੀਂ ਪਤਾ ਕੀ ਲਿਆਂਦਾ, ਮੈਨੂੰ ਕਹਿੰਦੇ ਕੀ ਲਿਆਂਦਾ, ਤਾਂ ਮੈਂ ਉਹ ਕੱਚ ਦੀ ਚੀਜ਼ ਆ, ਮੈਨੂੰ ਕਹਿੰਦੀ ਲਾਉਣ ਪਾਉਣ ਵਾਲੀ ਚੀਜ਼, ਪਾਉਣ ਵਾਲੀ, ਖਾਣ ਵਾਲੀ, ਕਿਆ ਚੀਜ਼ ਲਿਆਂਦੀ, ਬੋਲੋ 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 ਫਿਰ ਬੋਲੋ ਬੋਲੋ ਫਿਰ ਕੀ ਬੋਲਣ ਲਈ, ਆ ਬਿੱਲੀ ਆਈ ਜਰਾ ਮੈਂ ਤੇ ਭਾਜੀ ਚੱਲੇ ਆ ਹੁਣ ਕੇਕ ਲੈਣ ਵਾਸਤੇ, ਕੇਕ ਲੈ ਜਾਈਏ ਆਪਾਂ, ਮੈਂ ਤਾਂ ਕੇਕ ਲੈ ਚੱਲਦੇ ਆ, ਛੋਟਾ ਜਿਹਾ ਕੋਈ ਕੱਟ ਲੈਂਦੇ ਆ, ਕਿਹੜਾ ਕੇਕ ਕਰਾਈਏ ਭਾਜੀ ਦੱਸੋ, ਮਰਿੰਡੀ ਕਰਾਈਏ ਕਿ ਸਾਗਵਾਨ, ਕਿਹੜਾ ਸਾਲ ਦਾ ਹੈ, ਫਰੂਟ ਵਾਲਾ ਕੜਾਈ ਆਹ ਵਾਲਾ ਭਾਜੀ ਤਾਜ਼ਾ ਕਰਾ ਦਿਓ ਕੋਈ, ਕੇਕ ਤਾਂ ਆਪਣੀ ਮਰਜ਼ੀ ਦੇ ਨਾਲ ਬਣਵਾ ਲਿਆ, ਕਰੀਮ ਜਿਹੜੀ ਬੜੀ ਲਾਈਟ ਆ ਅਤੇ ਫਰੂਟ ਥੋੜ੍ਹਾ ਜ਼ਿਆਦਾ ਰਖਾ ਤਾ, ਅਤੇ ਬੇਸ ਜਿਹਾ ਵੀ ਥੋੜ੍ਹਾ ਜ਼ਿਆਦਾ ਰਖਾਇਆ, ਬਸ ਕੋਈ ਨੀ ਉਹ ਸਿੱਧਾ ਕਰ ਲਾਂਗੇ ਹੁਣ ਜਦੋਂ ਖਾਣ ਲੱਗਿਆ, ਕੇਕ ਲੈ ਲਿਆ ਘਰੇ ਚੱਲੇ ਹਾਂ ਹੁਣ, ਅਤੇ ਵਿਆਹ ਦੀਆਂ ਗੱਲਾਂ ਬਾਤਾਂ ਚੱਲਣ ਡੀਆਂ, ਬੰਦਾ ਪਾਉਂਦਾ ਭਾਜੀ ਵਿਆਹ ਕਰਾ ਕੇ, ਭਾਜੀ ਕਹਿੰਦੇ ਘਰ ਪਰਿਵਾਰ ਫਸ ਜਾਂਦਾ, ਮੰਮੀ ਡੈਡੀ, ਮੈਂ ਉਹ ਨਹੀਂ ਫਸਦੇ, ਬੰਦਾ ਫਸਦਾ ਆ, ਇੱਥੋਂ ਕਰਾਉਣਗੇ ਸਪਰਿੰਗ ਰੋਲ ਹੁਣ ਪੈਕ, ਗੁਰਦਾਸਪੁਰ ਰੋਡ 'ਤੇ ਬੈਂਕ ਦੇ ਸਾਹਮਣੇ ਖਲੋਤੇ, ਦੇਖੋ ਬੜਾ ਨਹੀਂ ਬਚਿਆ, ਬੜਾ ਵਧੀਆ, ਇੱਧਰ ਤੇ 3 ਮਿਲੀਅਨ ਬਣਾਤਾ, 3 ਮਿਲੀਅਨ ਬਣਾਤਾ, ਆਹ ਠੀਕ ਆ, ਮੈਨੂੰ ਲੱਗਾ ਵੀ ਆਹ ਗੜਬੜ ਹੋ ਗਈ, ਮੈਂ ਕਹਿੰਦਾ 0-1 ਲੱਖ ਦਾ ਘੱਟ ਲਾ ਕੇ, ਇਹ ਠੀਕ ਆ, ਆਹ ਗੜਬੜ ਹੋ ਗਈ ਆ ਵੀ, ਆਹ 0 ਜਿਹੜੀ ਨਹੀਂ ਹੈ, ਰੱਬ ਪਰਮਾਤਮਾ ਸਾਥ ਦਿਆ ਸੀ ਦੇਣਾ, 0 ਜਿਹੜੀ ਨਹੀਂ ਆ ਇਹ ਮਾੜੀ ਸੀ, ਨਹੀਂ ਪਾੜਿਆ ਨਹੀਂ ਹੈਗਾ ਸਬੂਤੀ ਆ ਵੀ, ਉੱਦਾਂ ਹੀ ਪਹਿਲਾਂ ਹੀ ਉੱਦਾਂ ਦੀ ਅਧਮਈ ਜੀ, ਲੈ ਵੀ ਆਹ ਠੀਕ ਹੋ ਗਿਆ, ਹੁਣ ਹੁਣ ਠੀਕ ਆ ਭਾਅ ਜੀ, ਓਕੇ ਨਾ ਕੰਮ ਹੁਣ ਵਧੀਆ ਹੈ, ਕੱਢ ਦੋ ਗਾ, ਵੱਢ ਦੋ ਯਾਰ ਕੀ ਕਾਂਡੇ। ਲੈ ਜੀ ਬਹੁਤ ਬਹੁਤ ਮੁਬਾਰਕਾਂ ਦੀਪ ਠਾਲ ਦੀ ਫੈਮਿਲੀ ਨੂੰ, 3 ਲੱਖ ਸਬਸਕ੍ਰਾਈਬ ਹੋ ਗਏ ਨੇ ਕੰਪਲੀਟ, ਮੈਂ ਤੁਹਾਡਾ ਸਾਰੇ ਜਣਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਜ਼ਿਆਦਾ ਮਤਲਬ ਸਪੋਰਟ ਕੀਤੀ ਆ ਸੰਯੋਗ ਦੇ ਨਾਲ, ਅਤੇ ਆਪਣੇ 3 ਲੱਖ ਜਿਹੜੇ ਸਬਸਕ੍ਰਾਈਬ ਕੰਪਲੀਟ ਹੋ ਗਏ ਨੇ, ਧੰਨਵਾਦ ਤੁਹਾਡਾ ਸਾਰਿਆਂ ਦਾ, ਹੁਣ ਚੌਥਾ ਵੀ ਛੇਤੀ ਦੀ ਕਰ ਦਿਓ, ਹਾਂ ਨਹੀਂ ਉਹ ਵੀ ਕਰ ਦਿੰਦਾ ਜਲਦੀ ਜਲਦੀ ਉਹਨਾਂ ਨੇ।
ਹਰ ਗੁਣ ਦਾ ਮੇਨ ਯੋਗਦਾਨ, ਹਰ ਗੁਣ ਹੁਣ ਸੁੱਤੀ ਹੈ ਉਹਨੂੰ ਆਪਾਂ ਇਸ ਕਰਕੇ ਤੰਗ ਨਹੀਂ ਕਰਨ ਦੇ, ਕਿਉਂਕਿ ਜੇ ਉਹਨੂੰ ਠਾਲ ਦਿੱਤਾ ਆਪਾਂ ਫਿਰ ਉਹਨੇ ਰੋਈ ਜਾਣਾ ਹੈ, ਤੇ ਇਹਨੂੰ ਬੈਟਰ ਹੈ ਵੀ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਦਾ ਹਰ ਗੁਣ ਤਾਂ ਕਰਕੇ ਸਾਡੇ ਕੋਲ ਇਸ ਸਮੇਂ ਨਹੀਂ ਹੈਗੀ, ਉਹ ਸੁੱਤੀ ਹੈ। ਛੋਟਾ ਜਿਹਾ ਸੈਲੀਬ੍ਰੇਟ ਕੀਤਾ ਬਸ ਜਾਪਾ ਜੀ ਹੁਣਾਂ ਨੂੰ, ਮੈਂ ਇਹ ਵੀ ਕੰਮ 'ਤੇ ਗਏ ਸੀਗੇ, ਮੈਂ ਫੋਨ ਕੀਤਾ ਅਤੇ ਫਿਰ ਇਹ ਆਏ ਆ, ਹੁਣ ਇਹਨਾਂ ਨੇ ਚਲੇ ਜਾਣਾ ਵਾ, ਅਤੇ ਕੇਕ ਬਹੁਤ ਵਧੀਆ ਹੋਇਆ ਉਹਨਾਂ ਨੇ ਬਣਾ ਕੇ ਦਿੱਤਾ, ਇਹ ਵੀ ਫਰੈਸ਼ ਬਣਾਇਆ, ਨਹੀਂ ਤਾਂ ਉੱਥੇ ਮੌਕੇ 'ਤੇ ਵੀ ਦੋ ਚਾਰ ਕੇਕ ਹੈਗੇ ਸੀ ਆਪਾਂ ਉਹ ਨਹੀਂ ਲਏ, ਇਹ ਫਰੈਸ਼ ਬਣਾ ਦਿੱਤਾ ਉਹਨਾਂ ਨੇ। ਕਦੋਂ ਇਹ ਹਰਗੁਣ ਦੀ ਫੋਟੋ ਬਣਾ ਕੇ ਦਿੱਤੀ ਚਾਚਾ ਜੀ ਦੇ ਬੇਟੇ ਨੇ, ਅਤੇ ਜੇ ਕਿਸੇ ਨੇ ਬਣਾਉਣੀ ਆ ਤਾਂ ਮੈਂ ਉਹਦਾ ਕੰਟੈਕਟ ਨੰਬਰ ਜਿਹੜਾ ਵੇਖੋ ਨੀਚੇ ਲੱਗਾ ਹੋਇਆ ਆ, ਜਿਹਦਾ ਕੰਟੈਕਟ ਨੰਬਰ 790-28-58 ਅਤੇ ਆਹ ਉਹਦੀ ਇੰਸਟਾਗ੍ਰਾਮ ਆਈ ਡੀ ਆ AKSHAII ਆਖ ਨਹੀਂ ਆਕਾਸ਼, ਪਤਾ ਨਹੀਂ ਕੀ ਆਕਾਸ਼ਦੀਪ ਇੱਦਾਂ ਕਰਕੇ ਆ, ਇਹ ਤਾਂ ਸ਼ੋਰਟ 'ਚ ਪਾਈ ਇਹਨੇ। ਕੱਟੋ ਕੱਟੋ ਕੇਕ, ਠੀਕ ਆ ਥੋੜ੍ਹਾ ਕੰਮ ਕਰੋ, ਆਹ ਬੜਾ ਸੋਹਣਾ ਰਬੜ ਬੈਂਡ ਪਾਇਆ ਜੀ, ਵਧੀਆ ਸੋਹਣਾ ਹੈ। ਇੱਕ ਚੀਜ਼ ਹੈਗੀ ਨਾ ਵੇਖ ਲਓ, ਕੇਕ ਖਾ ਲਈਦਾ ਆ ਡਿੱਕ ਜਿਹਾ ਹੋ ਜਾਂਦਾ, ਜਾਂ ਕਰੀਮ ਜਿਹੀ ਨਹੀਂ ਖਾਧੀ ਜਾਂਦੀ ਜੀ, ਭਾਵੇਂ ਜਿੱਦਾਂ ਮਰਜ਼ੀ, ਬਚਪਨ ਵਿੱਚ ਕਹਿਣ ਦੀ ਗੱਲ ਕਹਿੰਦੇ ਬਚਪਨ ਵਿੱਚ ਖਾਧਾ ਵੀ ਜਾਂਦਾ ਹੁੰਦਾ ਜੀ, ਉੱਥੇ ਪੇਸਟੀ ਲੱਗੀ ਹੋਣੀ ਐਵੇਂ ਤਿੰਨ ਤਿੰਨ ਪਾਪਾ ਖਾਈ ਜਾਣੀ ਹੈ ਕਹਿੰਦੇ, ਜਿੱਦਾਂ ਬੰਦਾ ਸਿਆਣਾ ਹੋ ਜਾਂਦਾ ਫਿਰ ਮੁੜ ਕੇ ਨਹੀਂ, ਇਹ ਨਹੀਂ ਲੰਘਦੀ। ਇਹ ਹੈ ਲਿਫਾਫੇ 'ਚ ਲੱਗੇ ਪਾਉਣ, ਹੁਣ ਆਪਣੀ ਫੈਮਿਲੀ ਬੈਠ ਕੇ ਚਾਹ ਪੀਣ ਲੱਗੇ, ਰੋਟੀ ਪਾਣੀ, ਰੋਟੀ ਪਾਣੀ ਇਸ ਤੋਂ ਬਾਅਦ ਖਾਵਾਂਗੇ, ਅਤੇ ਦੀਦੀ ਹੁਣ ਚਲੇ ਜਾਣਾ ਰੋਟੀ ਖਾ ਕੇ। ਕੀ ਹੈ ਮੈਨੂੰ ਉਦੋਂ ਪਤਾ ਸੀ ਭਾਈ ਨੇ ਰਬੜ ਤੈਨੂੰ ਮਾੜੀ ਦੇ ਗਿਆ, ਗੱਲਾਂ ਦਾ ਗਾਲੜੀ ਸੀਗਾ, ਐਵੇਂ ਗੱਲਾਂ ਦਾ ਗਾਲੜੀ ਝੂਠ ਸਭ।
ਇਹ ਦੇ ਹਿਸਾਬ ਹੋ ਗਿਆ ਜੀ, ਇਹ ਤੇ ਮੰਮੀ ਨਾਲ ਦੇ ਹਿਸਾਬ ਹੋ ਗਿਆ, ਕਹਿੰਦਾ ਜੱਗ ਲਓ ਮੱਗ ਲਓ ਬੰਦੇ ਚੱਲ ਕੇ ਕੰਮਾਂ ਤੇ, ਬੁੜੀਆਂ ਨੂੰ ਠੱਗ ਲਓ, ਉਹ ਹਿਸਾਬ ਹੋਇਆ। ਭਾਜੀ ਨੂੰ ਕਹਿਣ ਡੇ ਖਾ ਲਓ, ਫਰੋਕ ਬਹੁਤ ਸੋਹਣੀ ਪਾਈ, ਬੜੀ ਵਧੀਆ ਲੱਗੀ ਮੈਨੂੰ ਤੇ, ਅੱਜ ਸੋਹਣਾ ਕਲਰ। ਆਹ ਬੜੀ ਸੋਹਣੀ ਫੋਟੋ ਬਣਾਈ, ਮੈਨੂੰ ਫੜਾਓ ਕਾਕਾ। ਸੋਹਣੀ ਬਣੀ ਹੈ ਨਾ, ਰੋਟੀ ਫੜ ਰੋਟੀ। ਖੱਬੇ ਹੱਥ ਨਾਲ ਖਾਂਦੀ ਰੋਟੀ, ਇਹ ਰੋਟੀ ਆਪਣੀ ਵੀ ਆ ਗਈ ਹੁਣ, ਮੈਂ ਤੇ ਰੋਟੀ ਖਾਊਂਗਾ ਇੱਕ ਚੌਲ ਨਾਲ। ਧੰਨਵਾਦ, ਥੈਂਕ ਯੂ। ਬਹੁਤ ਤੇਜ਼ ਹਵਾ ਚੱਲਣ ਡੀ ਹੈ ਨਾ, ਠੰਡੀ ਹਵਾ ਆ। ਹਾਂਜੀ ਕੁਛ ਨਹੀਂ ਆ, ਵਾਜਦੇ ਵਾਜਦੇ ਦਾਦੀ ਨੂੰ, ਦਾਦਾ ਵਾਜਦੇ ਵਾਜਦੇ ਅੱਗੇ ਬੜੀ ਜ਼ੋਰ ਚ ਆਵਾਜ਼ ਦਿੱਤੀ ਲੈ ਯਾਰ, ਜਿਹੜੇ ਬਾਥਰੂਮਾਂ ਦੇ ਉੱਤੇ ਸੱਜਿਆ ਲੈਟ ਵਾਸਤੇ। ਆਹੋ ਵਧੀਆ ਨੀ, ਇਹ ਕੀ ਆ ਕੀ? ਅੱਛਾ ਅੱਛਾ, ਮੈਂ ਕਿਹਾ ਚੁੱਕ ਕੇ ਲਿਆਂਦੀ ਕਿਤੇ। ਮਜ਼ਾਕ ਕਰਨਾ, ਬਾਏ ਕਰਦਾ ਹੁਣ, ਬਾਏ ਕਰਦਾ, ਬਾਏ ਬਾਏ ਕਰਤਾ ਜੀ। ਹਾਂਜੀ ਭੂਆ ਭੂਆ ਕਰਨ ਡੀ ਅੱਜ, ਹਰਗੁਣ ਹਰਗੁਣ ਵੇਵੇ ਉਹ ਕਿੱਦਾਂ ਮਗਰ ਨੂੰ ਵੇਖੀ ਮਾਤਾ ਆਪਣੀ ਨੇ, ਬਾਏ ਕਿੰਨੀ ਖੁਸ਼ ਹੁੰਦੀ। ਚਲੋ 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 ਚਲੋ, ਲੈ ਜਾਓ ਲੈ ਜਾਓ ਹੁਣ, ਬਾਏ ਬਾਏ ਜਾ ਜਾ। ਉੱਥੇ ਰੋਡ ਦੇ ਉੱਤੇ ਬਾਹਰ ਹਵਾ ਹੈਗੀ, ਇੱਥੇ ਹੈ ਨਹੀਂ ਹੁਣ। ਹਰਗੁਣ ਸੋ ਜੀ, ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਅਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ। ਇੰਸਟਾਗ੍ਰਾਮ 'ਤੇ ਜਾ ਕੇ ਰੀਲਸ ਵਗੈਰਾ ਜ਼ਰੂਰ ਦੇਖੇ, ਕਰੀਲ ਬੜੀ ਪਿਆਰੀ ਬਣਾਈ ਆ ਵੀ, ਇਹ ਸਤਿੰਦਰ ਸਰਤਾਜ ਭਾਜੀ ਦੇ ਗਾਣੇ 'ਤੇ ਬਣਾਈ ਆ ਵੀ। ਅਸੀਂ ਲੜ ਵੀ ਲੈਂਦੇ ਹਾਂ ਪਰ ਛੇਤੀ ਪਤਾ ਨਹੀਂ ਬੋਲੀ ਦਾ, ਇਵੇਂ ਕਰਕੇ ਗਾਣਾ ਆ ਬੜਾ ਪਿਆਰਾ ਆ। ਅਤੇ ਹੁਣ ਅਜੇ ਮੈਂ ਅਤੇ ਸੰਦੀਪ ਰੀਲ ਬਣਾ ਕੇ ਹਟੇ ਹਾਂ ਹੁਣ ਜੇ, ਹੈ ਨਾ ਸੰਦੀਪ, ਥੋੜ੍ਹੀਆਂ ਰੀਲਾਂ ਬਣਾਉਣ ਲੱਗੇ ਨੇ ਅਤੇ ਪਹਿਲਾਂ ਬੜਾ ਘੱਟ ਗਈ ਹੈ ਨਾ, ਪਹਿਲਾਂ ਆਪਾਂ ਰੀਲਾਂ ਬਣਾਉਂਦੇ ਨਹੀਂ ਹੁੰਦੇ ਸੀ ਹੈ ਨਾ, ਬਹੁਤ ਰੀਲਾਂ ਘੱਟ। ਹੁਣ ਥੋੜ੍ਹਾ ਜਿਹਾ ਫਿਰ ਮਨ ਨੂੰ ਲੱਗਿਆ ਵੀ ਨਹੀਂ ਯਾਰ ਬਣਾਉਣੀਆਂ ਚਾਹੀਦੀਆਂ ਆਪਾਂ ਨੂੰ ਰੀਲਾਂ, ਇਹ ਜ਼ਿੰਦਗੀ ਨੂੰ ਇੰਜੋਏ ਵੀ ਕਰਨਾ ਚਾਹੀਦਾ ਹੈ ਕਿ ਨਹੀਂ। ਜਦੋਂ ਮੈਂ ਮੰਮੀ ਜੀ ਦੇ ਨਾਲ ਬਾਜ਼ਾਰ ਗਿਆ ਸੀਗਾ ਅਤੇ ਸੰਦੀਪ ਵਾਸਤੇ ਗਿਫਟ ਲੈਣ ਵਾਸਤੇ ਗਏ, ਉਹ ਮੰਮੀ ਦੀਆਂ ਐਨਕਾਂ ਦਾ ਚੇਤਾ ਹੀ ਭੁੱਲ ਗਿਆ, ਮੰਮੀ ਜੀ ਨੂੰ ਵੀ ਚੇਤਾ ਭੁੱਲ ਗਿਆ, ਮੰਮੀ ਵੀ ਨਾਲ ਹੀ ਗਏ ਸੀ। ਫਿਰ ਉਸ ਤੋਂ ਬਾਅਦ ਮੰਮੀ ਡੈਡੀ ਜੀ ਦੇ ਨਾਲ ਚੱਲ ਗਏ ਬਾਜ਼ਾਰ, ਹੁਣ ਆਪਣਾ ਐਨਕ ਬਣਨੇ ਦੀ ਆਏ ਆਪਣੀ, ਅਤੇ ਬਹੁਤ ਜਲਦੀ ਬਣ ਕੇ ਆਜੂਗੀ, ਕਹਿੰਦੇ ਸੋਮਵਾਰ ਮਿਲ ਜੂਗੀ। ਬਾਕੀ ਚਲੋ ਕੋਈ ਨਹੀਂ, ਦੇਖੋ ਜਿੱਦਣ ਵੀ ਮਿਲੂਗੀ। ਹਰਗੁਣ ਨੇ ਵੇਖ ਲਿਆ ਕਦੋਂ ਦੀਆਂ ਤੋੜੀਆਂ ਇਸ ਗੱਲ ਨੂੰ, 2 ਮਹੀਨੇ ਹੋ ਗਏ ਨੇ, ਜ਼ਿਆਦਾ ਹੀ ਹੋ ਗਏ, 2 ਤੋਂ 3 ਮਹੀਨੇ ਹੋ ਗਏ ਤੋੜੀਆਂ।
ਮੈਨੂੰ ਕਹਿੰਦੀ ਗਿਫਟ ਦੱਸ ਦੇ ਕਿਹੜਾ ਆ, ਕਹਿੰਦੀ ਉਹ ਆਪਣੇ ਪੇਟੀ ਦੇ ਉੱਤੇ ਪਿਆ ਲਿਫਾਫਾ ਮੈਂ ਵੇਖ ਆਈ ਹਾਂ, ਕਹਿੰਦੀ ਕਦੀ ਕਹਿੰਦੀ ਉਹ ਐਡਾ ਵੱਡਾ ਲਿਫਾਫਾ, ਕਦੀ ਕਹਿੰਦੀ ਉਹ ਐਡਾ ਕੁ ਲਿਫਾਫਾ, ਮਤਲਬ ਗੋਲ ਮੋਲ ਮਾਰ ਮਾਰ ਪੁੱਛਣ ਡੇ ਕਿਹੜੀ ਪੇਟੀ ਦੇ ਮਗਰ ਨਾ, ਉੱਥੇ ਨਹੀਂ ਹੈਗਾ, ਉੱਥੇ ਹੈ ਹੀ ਨਹੀਂ, ਸ਼ੈਤਾਨੀ ਕਰੀ ਜਾਣ ਡੀ ਆ, ਇਧਰ ਉਧਰ ਤੁਰੀ ਫਿਰਨ ਡਈ ਆ, ਤੇ ਰਾਤ ਸਾਰੀ ਮੁੜਕੇ ਨੇ ਸੌਣਾ ਨੀ ਹੈਗਾ, ਘੱਟੋ ਘੱਟ ਨੇ ਨਾ ਤੇ ਰਾਤ ਰਾਤ ਇੰਨੇ ਚੀਜ਼ ਹੁਣ ਮਤਲਬ ਵੇਖ ਲਓ 11:30 ਹੋ ਗਏ ਆ, ਮੰਨ ਲਓ ਜੇ ਤੁਸੀਂ ਸਪੋਜ਼ ਕਰੋ 12 ਵਜੇ ਨਾ ਸੌਂਦੀ ਹੈ ਨਾ, ਤੇ ਇਹਨੇ 12 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਨਾ, 7 ਵਜੇ ਤੱਕ ਇਹਨੇ ਪਤਾ ਕੀ ਕਰਨਾ, 5 ਵਾਰੀ ਉੱਠਣਾ ਘੱਟੋ ਘੱਟ 5 ਵਾਰੀ, 12 ਵਜੇ ਨਾ ਜੇ ਸੌਂਗੀ ਇਹਨੇ 2 ਵਜੇ ਉੱਠਣਾ ਵਾ, ਫਿਰ ਮੁੜ ਕੇ ਇਹਨੇ ਉਹ ਤੂੰ ਲਾ ਲਓ 4 ਵਜੇ ਜਾਂ 5 ਵਜੇ ਇਹਦੇ ਵਿੱਚ ਇਹਨੇ ਫਿਰ ਉੱਠ ਜਾਣਾ, ਉਸ ਤੋਂ ਬਾਅਦ ਫਿਰ ਇਹਨੇ ਇਹ 7 ਵਜੇ ਨਾ ਉੱਠ ਖਲੋਣਾ, ਇੱਦਾਂ ਮਤਲਬ 3 ਵਾਰੀ 4 ਵਾਰੀ ਕਈ ਵਾਰੀ 5 ਵਾਰੀ ਉੱਠਦੀ ਹੈ। ਜੇ ਅੱਜ ਉੱਠੀ ਭਲਾ, ਅੱਜ ਮੈਂ ਤੈਨੂੰ ਇਹ ਕੁੱਟਣਾ, ਅੱਜ ਤਾਂ ਮੈਂ ਕੁੱਟਣਾ, ਬਿੱਲੀ ਫੜੀ ਜਰਾ ਇਹਨੂੰ, ਬਿੱਲੀ ਫੜੀ ਇਹਨੂੰ, ਆਈ ਜਰਾ ਇਹ ਸੁਣਦੀ ਨਹੀਂ ਕੁੜੀ ਸਾਰੀ ਰਾਤ, ਹਾਈ ਬਿੱਲੀ ਆ ਗਈ, ਮਿਆਓ, ਮੈਨੂੰ ਵਕਤੀ ਪਿਆ, ਮੈਨੂੰ ਵਕਤੀ ਪਿਆ ਵੀ ਆਵਾਜ਼ਾਂ ਕਿਧਰੋਂ ਕਿਧਰੋਂ ਹੋਣ ਡੀਆਂ, ਹਾਈ ਆ ਗਈ ਆ ਗਈ ਆ ਗਈ ਆ ਗਈ, ਤੂੰ ਹੁਣ ਬਿੱਲੀ ਤੋਂ ਨਹੀਂ ਡਰਦੀ, ਚੱਲ ਚੱਲ ਸਮਝਾਉਣ, 12 ਵਜੇ ਡੇ, ਚਲੋ ਠੀਕ ਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਜਿਉਂਦੇ ਵਸਦੇ ਰਹੋ, ਬਾਏ ਬਾਏ, ਸਤਿ ਸ਼੍ਰੀ ਅਕਾਲ।